ਸਮੇਰਾ ਤੂੰ ਇੱਥੇ ਹੀ ਅਜੇ ਤੱਕ? ਮੈਂ ਇੱਥੇ ਹੀ ਹਾਂ। ਮੈਂ ਕਿ ਵੀ ਅੱਲਾ ਮਾਫ਼ੀ ਦੇਵੇ ਵੀ ਸਰਦੀਆਂ 'ਚ ਵੀ ਮੈਂ ਇੱਥੇ ਹੀ ਹੋਣਾ ਸੀ। ਵੀ ਮੈਂ ਮੂੰਗਫਲੀ ਲਾ ਲਾਂ ਬਾਹਰ ਜਾਂ ਬਦਾਮ ਪਿਸਤਾ ਬਦਾਮ ਲਾ ਲਾਂ ਬਾਹਰ, ਗਰਮ ਸ਼ੈ ਲਾ ਕੇ ਬਹਿ ਜਾਂ। ਨਹੀਂ ਬਾਦਸ਼ਾਹ, ਮੈਂ ਤੈਨੂੰ ਦੁਕਾਨ ਤਾਂ ਦਈ ਹੋਈਆਂ, ਤੂੰ ਤਾਂ ਐਂ ਕਾਲਾ ਪਿਆ ਵਾ ਬੁੜੀ। ਥੱਲੇ ਬਾਰਡਰ ਆ ਇਹਦਾ, ਆਹ ਜਿਹੜਾ। ਆਹੋ, ਬਾਰਡਰ ਹੀ ਬਾਘਾ ਬਾਰਡਰ ਹੀ, ਗੋਲਾ ਨਾ ਖਾ ਲਈ ਇੱਥੋਂ। ਨਹੀਂ ਨਹੀਂ ਆ, ਨਹੀਂ ਤਾਂ ਪਾ ਕੇ ਸਮੁੰਦਰ ਵੱਲ ਜਾਣਾ, ਖੁਦਕਸ਼ੀ ਕਰ ਲਈ ਜਾ ਕੇ। ਸੂਟ ਪਵਾ ਕੇ ਨਾ ਦੋਵੇਂ ਜੀ ਛਾਲ ਮਾਰ ਦਿਓ ਖਾਲੇ 'ਚ। ਤੈਨੂੰ ਬਹੁਤ ਬੀਚ 3 ਦਾ ਤੈਨੂੰ ਸ਼ੌਕ ਆ। ਅਤੇ ਚਿਲਤਨ ਪਿਓਰ ਵਾਲਿਆਂ ਦਾ ਇੱਕ ਹੋਰ ਪ੍ਰੋਡਕਟ ਅੱਜ ਇਹ ਕੀ ਇਹ ਆ ਗਿਆ ਜੀ, ਮਰਿੰਗਾ ਸੁਪਰ ਫੂਡ। ਮਰਿੰਗਾ? ਹਾਂਜੀ, ਇੱਕ ਤਾਂ ਮਲੰਗਾ ਹੁੰਦਾ ਨਾ ਇਹ ਮਰਿੰਗਾ। ਹਾਂਜੀ, ਇੱਕ ਉਹ ਨਹੀਂ ਜਿਹੜਾ ਮਰਿੰਗਾ ਉਹ ਮਰੀ, ਨਹੀਂ ਨਹੀਂ ਉਹ ਨਿੰਗੀ ਹੈ, ਇਹ ਮਰਿੰਗਾ ਸੁਪਰ ਫੂਡ ਆ ਚਿਲਤਨ ਪਿਓਰ ਵਾਲਿਆਂ ਦੀ। ਹਾਂਜੀ, ਇਹਦਾ ਕੀ ਕੰਮ ਆ? ਇਹ ਸਾਜੀ ਕੂਵਤੇ ਮੁਦਾਫਤ ਜਿਹੜੀ ਆ ਉਹਨੂੰ ਵਧਾਉਂਦੀ ਆ ਤੇ ਮੋਟਾਪੇ ਨੂੰ ਕੰਮ ਕਰਦੀ ਆ। ਤੁਹਾਡਾ ਤੇ ਅੱਗੇ ਹੀ ਸਾਨੂੰ ਤੇ ਮੋਟਾਪਾ ਆਇਆ ਹੀ ਨਹੀਂ ਕਦੀ, ਮਰਿਆ ਸਾਪਾ ਜਿਵੇਂ। ਤੇ ਤੂੰ ਗੱਲ ਇਹ ਕਰਦੇ, ਤੁਸੀਂ ਵੀ ਲੱਗਦਾ ਯਕੀਨ ਕਰੋ ਕੋੜ ਕਿੱਲੀ ਇਸਤਰੀ ਕੀਤੀ ਹੁੰਦੀ। ਤੇ ਦੂਸਰਾ ਇਹ ਆ ਵੀ ਜਿਹੜੇ ਫੈਟ ਨਾ ਜਿਨ੍ਹਾਂ ਦੀ ਫੈਟ ਜ਼ਿਆਦਾ ਮੋਟੇ ਆ ਉਹ ਇਹਨੂੰ ਮਤਲਬ ਕਿ ਦਹੀਂ 'ਚ ਪਾ ਕੇ ਖਾ ਲੈਣ 2 ਚਮਚ। ਮੈਂ ਕਹਿੰਦਾ 1 ਚਮਚ ਸੁਬਾ ਸ਼ਾਮ ਖਾਣ ਤੇ ਉਹਨਾਂ ਦਾ ਮੋਟਾਪਾ ਦੂਰ, 1 ਚਮਚ ਸਮਾਰਟ ਮੇਰੇ ਅੱਗੇ ਖੂਬਸੂਰਤ ਹੋ ਜਾਣਗੇ। ਯਾਰ ਕਈ ਘਰਾਂ 'ਚ ਇੰਨੇ ਚਮਚੇ ਹੀ ਨਹੀਂ ਹੁੰਦੇ, ਫੱਕਾ ਮਾਰਨਾ ਮੈਨੀ ਉਂਗਲੀ ਨਾ ਚੱਟ ਲੈਣ। ਬਿਲਕੁਲ ਜੀ, ਚਿਲਤਨ ਪਿਓਰ ਵਾਲਿਆਂ ਦੀ ਬੜੇ ਮਜ਼ੇਦਾਰ ਪ੍ਰੋਡਕਟ ਨੇ, ਹੋਰ ਵੀ ਆਉਂਦੀਆਂ ਰਹਿਣਗੀਆਂ ਤੁਹਾਡੇ ਸਾਹਮਣੇ। ਮਰਿੰਗਾ ਫੂਡ ਸੁਪਰ ਫੂਡ, ਤੇ ਹੁਣ ਚੱਲੀਏ ਅਸੀਂ ਜੀ। ਅੱਖ ਨਾ ਕੋਈ ਚਪਕਾਵੇ, ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਲਬੇਲਾ ਟੀਵੀ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਲਬੇਲਾ ਏ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਲਬੇਲਾ ਏ। ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ, ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ, ਹੋਏ ਨੂੰ ਵੇਖਦੇ ਸਮੁੰਦਰੋਂ। ਆ ਤਾਂ ਮੈਡਮ ਇੱਥੇ ਲਾਹੌਰ ਦਾ ਹੀ ਆ ਕੋਈ, ਹੈ ਨਾ? ਇਹਦੇ 'ਚ ਕਿਹੜਾ ਸੂਟ ਪੈਕ ਕਰਨਾ ਵਾ? ਸ਼ਹੀਦ ਲਿਖਿਆ ਵਾ। ਇੱਕ ਤਾਂ ਆ ਹੋ ਗਿਆ ਨਾ ਲਾਹੌਰ ਜਿਹੜਾ, ਇਹਦੇ ਪਿੱਛੇ ਸਿਆਲਕੋਟ ਦਾ ਐਡਰੈਸ ਲਿਖਣਾ ਵਾ, ਤੇ ਇਹ ਜਿਹੜਾ ਹਾਂ ਸ਼ਮਸਾ ਰਜ਼ਾ ਲਿਖਿਆ ਵਾ, ਗੌਰਮੈਂਟ ਹਾਈ ਸਕੂਲ। ਵਾਲੇਕੁਮ ਸਲਾਮ, ਕੀ ਹਾਲ? ਠੀਕ ਹੋ? ਹਾਂਜੀ ਠੀਕ ਹਾਂ। ਚੱਲ ਸੁਬਾ ਸੁਬਾ ਮੈਮ, ਕੋਈ ਤਾਂ ਗਾਹਕ ਆਇਆ ਸਾਡੇ ਨਾ, ਔਨਲਾਈਨ ਕੰਮ ਜ਼ਿਆਦਾ ਵਾ ਅਤੇ ਲਾਈਵ। ਹਾਂਜੀ ਸਰ, ਕੀ ਚਾਹੀਦਾ ਤੁਹਾਨੂੰ? ਸੁਬੈਰਾ ਤੂੰ ਇੱਥੇ ਹੀ ਅਜੇ ਤੱਕ? ਮੈਂ ਇੱਥੇ ਹੀ ਹਾਂ। ਮੈਂ ਕਿ ਵੀ ਅੱਲਾ ਮਾਫ਼ੀ ਦੇਵੇ ਵੀ ਸਰਦੀਆਂ 'ਚ ਵੀ ਮੈਂ ਇੱਥੇ ਹੀ ਹੋਣਾ ਸੀ। ਵੀ ਮੈਂ ਮੂੰਗਫਲੀ ਲਾ ਲਾਂ ਬਾਹਰ ਜਾਂ ਬਦਾਮ ਪਿਸਤਾ ਬਦਾਮ ਲਾ ਲਾਂ ਬਾਹਰ, ਗਰਮ ਸ਼ੈ ਲਾ ਕੇ ਬਹਿ ਜਾਂ। ਨਹੀਂ ਬਾਦਸ਼ਾਹ, ਬੜੀ ਅੱਛੀ ਗੱਲ ਆ, ਇੰਨਾ ਟਾਈਮ ਤੂੰ ਇੱਥੇ ਕੱਢ ਗਈ। ਤੂੰ ਕਿੱਥੇ ਮਰਿਆ ਰਿਹਾ ਇੰਨੀ ਦੇਰ? ਜਿਉਂ ਗਰਮੀਆਂ ਦਾ ਸੂਟ 2-4 ਲੈ ਕੇ ਗਿਆ, ਮੁੜ ਕੇ ਪੌੜੀਆ ਹੀ ਨਹੀਂ ਆਇਆ ਇਹਨੂੰ ਮੈਂ ਵੇਖਾਂ ਵੀ। ਨਹੀਂ ਮੈਂ ਔਨਲਾਈਨ ਵੀ 1-2 ਮੰਗਵਾਏ ਨੇ, ਅਤੇ ਹੁਣ ਤੁਹਾਨੂੰ ਪਤਾ ਵੈਦਰ ਚੇਂਜ ਹੋ ਗਿਆ, ਸਰਦੀ ਆ ਰਹੀ ਬਹੁਤ ਜ਼ਿਆਦਾ। ਚੱਲ ਸਰਦੀ ਦੀ ਇੰਨੀ ਖੁਸ਼ੀ ਹੋਈ ਆ ਨਹੀਂ ਹੋਈ ਆ ਤੇਰੇ ਵੈਦਰ? ਅਟਾਇਰ ਕੀ ਮਤਲਬ, ਤੂੰ ਦੂਜੇ ਕੱਪੜੇ ਲਾਤੇ ਆ, ਉਹ ਨਹੀਂ ਪਾਉਂਦੇ? ਨਹੀਂ ਬਸ ਨਾ ਮੈਮ, ਜਰਾ ਨਾ ਗੁੱਸੇ ਹੁੰਦੀ ਸੀ, ਕਹਿੰਦੀ ਮੈਂ ਵੀ ਉਂਜ ਦੇ ਪਾਏ ਆ ਅਤੇ ਨਾਲ ਪਰਸਨੈਲਿਟੀ ਕਲੈਸ਼ ਵੀ ਹੈ ਨਾ, ਫਿਰ ਉਹ ਕਹਿੰਦੀ ਆ ਜੈਲਸ ਹੁੰਦੀ ਮਾੜੀ ਜੀ ਮੇਰੀ। ਬਾਲਕ ਆ, CEO ਆ ਤੇ। ਚੱਲ CEO ਆ ਤੇ ਮੈਂ ਤੇਰੇ ਨਾਲ ਕੰਨ 'ਚ ਹੀ ਗੱਲ ਕਰਨ ਡਈ ਹਾਂ, ਮੈਂ ਕਿਹੜਾ ਕਿਤੇ ਭਾਰੀ ਆਵਾਜ਼ ਨਾਲ ਉਹਦੇ ਤੱਕ ਪਹੁੰਚਣ ਡਈ ਆ। ਮੈਨੂੰ ਕਹਿੰਦੀ ਸੀ ਉਹੀ ਬ੍ਰਾਂਡ ਦੇ ਸੂਟ ਮੈਂ ਪਾਉਂਦੀ ਹਾਂ ਅਤੇ ਉਹੀ ਤੂੰ ਪਾਈ ਜਾਂਦੀ ਆ, ਅਤੇ ਮਾਲਕ ਅਤੇ ਜਨਰਲ ਮੈਨੇਜਰ ਦਾ ਕੀ ਫਰਕ ਰਹੂਗਾ? ਹਾਂ ਨਹੀਂ ਇਹ ਤਾਂ ਗੱਲ ਠੀਕ ਆ। ਹੁਣ ਮੈਂ ਇੱਥੇ ਜਨਰਲ ਮੈਨੇਜਰ ਲੱਗ ਗਈ ਹਾਂ ਨਾ, ਤਾੜੀਆਂ ਨਾ ਮਾਰ। ਉਹ ਤਾੜੀਆਂ ਦਾ ਨਾ ਵੱਸ ਨਹੀਂ ਚੱਲਦਾ ਹੈਗਾ, ਮੈਂ ਨਾ ਇੰਨੀ ਕੋਸ਼ਿਸ਼ ਕਰਦੀ ਹਾਂ, ਟਰਾਈ ਕਰਦੀ ਹਾਂ ਵੀ ਤਾੜੀ ਘੱਟ ਮਾਰਾਂ ਮੈਂ, ਲੇਕਿਨ ਇਹ ਆਦਤ ਨਹੀਂ ਨਾ ਜਾਂਦੀ। ਆਦਤ? ਚਲੋ ਬੜੀ ਅੱਛੀ ਆ, ਤੂੰ ਆਪਣੀ ਮਿਹਨਤ ਮਜ਼ਦੂਰੀ ਕਰ ਰਹੀ ਆ। ਹਾਂ ਮੈਂ ਢੀਂਗਦੀ ਤਾਂ ਨਹੀਂ ਨਾ ਤੂੰ? ਢੀਂਗਾ ਮਾਫੀ ਦੇਵੇ, ਢੀਂਗਣ ਮੇਰੇ ਦੁਸ਼ਮਣ, ਮੈਂ ਕਿਉਂ ਢੀਂਗਣਾ? ਸੁਣਿਆ ਪ੍ਰਮੋਸ਼ਨ ਹੋ ਗਈ ਤੇਰੀ ਇੱਥੇ? ਪ੍ਰਮੋਸ਼ਨ? ਹੁਣ ਮੈਂ ਜਨਰਲ ਮੈਨੇਜਰ ਹੋ ਗਈ ਹਾਂ, ਸਾਰਾ ਇੱਥੇ ਅਮਲਾ ਮੇਰੇ ਥੱਲੇ ਹੀ ਕੰਮ ਕਰਦਾ ਵਾ। ਅਮਲਾ ਕਿਹੜਾ ਹੈ ਹੀ ਕੋਈ ਨਹੀਂ ਅਮਲਾ। ਅਮਲਾ ਵੀ ਮੈਂ ਜਨਰਲ ਮੈਨੇਜਰ ਤਾਂ ਹੈ ਹੀ ਆ, ਅਮਲਾ ਵੀ ਅੱਲਾ ਦੇ ਹੀ ਦਊਗਾ ਹੌਲੀ ਹੌਲੀ। ਤੂੰ ਆਪੇ ਹੀ ਹੋ ਗਈ ਆਪਣੇ ਜ਼ਿਹਨ ਨਾਲ ਜਨਰਲ ਮੈਨੇਜਰ? ਨਹੀਂ ਨਹੀਂ, ਉਹਨਾਂ ਨੇ ਮੇਰੀ ਦੇਖਿਆ, ਮੇਰੀ ਪਰਫਾਰਮੈਂਸ ਦੇਖੀ ਆ ਵੀ ਮੈਂ ਕਿੱਡਾ ਸੋਹਣਾ ਪੈਕਿੰਗ ਕਰਦੀ ਹਾਂ ਅਤੇ
ਗਾਹਕ ਨਾਲ ਕਸਟਮਰ ਦੇ ਨਾਲ ਡੀਲ ਸੋਹਣਾ ਕਰਦੀਆਂ ਫਿਰ ਉਹਨਾਂ ਨੇ ਮੈਨੂੰ ਅੱਛਾ ਤੂੰ ਕੰਮ ਘੱਟ ਕਰਦੀ ਗੱਲਾਂ ਬਹੁਤੀਆਂ ਕਰਦੀ ਕਿ ਗੱਲਾਂ ਹੀ ਹੁੰਦੀਆਂ ਵਾ ਸੇਲਮੈਨੀ 'ਚ ਮੈਂ ਜਿਹੜਾ ਹੁਣ ਤੈਨੂੰ ਦਮ ਕਰਦਾ ਬਹਿ ਕੇ 5 ਮਿੰਟਾਂ 'ਚ ਵੀ ਤੈਨੂੰ ਆਰਾਮ ਆ ਜਾਏ ਤੂੰ ਚਲੇ ਜਾਂਦਾ ਚਲੋ ਕੋਈ ਨਵੀਂ ਆਈ ਹੈ ਕੋਈ ਬ੍ਰਾਂਡ ਤੋਂ ਦਿਖਾਓ ਸਰਦੀਆਂ ਵਾਲੇ ਹਾਂ ਸਰਦੀਆਂ ਵਾਲੇ ਬ੍ਰਾਂਡ ਆਏ ਆ ਸਾਰੇ ਨਵੇਂ ਤੁਸੀਂ ਇੱਧਰ ਆ ਜਾਓ ਮਾੜਾ ਜਿਹਾ ਮੈਨੂੰ ਜਗ੍ਹਾ 'ਤੇ ਦਵੋ ਆ ਗਈ ਆ ਇਹ ਵੀ ਸੂਟ ਹੀ ਆ ਇਹ ਕਿਹੜਾ ਧੋਤੀਆਂ ਟੰਗੀਆਂ ਵਾ ਕਹਿੰਦੀਆਂ ਆਹ ਕੀ ਜੇ ਤੂੰ ਲੈ ਲੈ ਤੇ ਫਿਰ ਜੇ ਸਾਨੂੰ ਪੈਸੇ ਵੀ ਦੇ ਦੀ ਇਹ ਕਿਹੜਾ ਅੱਲਾ ਵਾਸਤੇ ਟੰਗੇ ਹੋਏ ਮੈਂ ਪਤਾ ਕਿਉਂ ਆਇਆ ਤੁਹਾਡੇ ਕੋਲ ਹਰ ਬ੍ਰਾਂਡ ਹੈਗਾ ਵਾ ਮੈਂ ਕਹਿੰਦਾ ਬ੍ਰਾਂਡਾਂ ਦੀ ਸਾਡੇ ਨਾ ਜਿਹੜੀ ਆ ਮਾਲਕਾਂ ਨਾਲ ਨਾ ਸਾਡੀ ਦੁਕਾਨ ਦੀ ਇਹਨੂੰ ਬਹੁਤ ਸ਼ੌਕ ਵਾ ਵੀ ਜਲਦੀ ਜਲਦੀ ਨਾ ਬ੍ਰਾਂਡ ਜਿਹੜਾ ਕੋਈ ਨਵੀਂ ਕਲੈਕਸ਼ਨ ਆਵੇ ਨਾ ਤੇ ਉਹ ਰੱਖੇ ਤੇ ਤਾਂ ਕਿ ਔਨਲਾਈਨ ਕੰਮ ਸਾਡਾ ਜ਼ਿਆਦਾ ਹੋ ਔਨਲਾਈਨ ਤੂੰ ਆਪ ਜਾਂਦੀ ਮੋਟਰਸਾਈਕਲ ਤੇ ਦੇਣ ਸੂਟ ਅੱਲਾ ਮਾਫੀ ਦੇਵੇ ਮੈਂ ਪੀਜ਼ਾ ਦੇਣ ਜਾਣਾ ਵਾ ਔਨਲਾਈਨ ਸੂਟ ਹੁੰਦਾ ਵਾ ਅਸੀਂ ਡਿਲੀਵਰੀ ਕਰਾ ਦਈਏ ਉਹਨਾਂ ਅਗਲੇ ਦੇ ਘਰ ਚਲੇ ਜਾਂਦਾ TCS ਜਾਂਦਾ ਜਾਂ ਮਤਲਬ ਕਿ ਆਹੋ TCS ਹੀ ਹੁੰਦਾ OCS ਕਰਾ ਦਿਓ TCS ਕਰਾ ਦਿਓ ਨਹੀਂ ਤੁਸੀਂ ਕਿਹਦੇ ਨਾਲ ਕੰਮ ਕਰਦੇ ਦਰਾਜ਼ ਨਾਲ ਜਾਂ ਕਿਸੇ ਨਾਲ ਹੋਰ ਨਹੀਂ ਦਰਾਜ਼ ਨਾਲ ਨਹੀਂ ਮੈਂ ਅਲਮਾਰੀ ਨਾਲ ਕੰਮ ਕਰਦੀ ਦਰਾਜ਼ ਰੂਜ਼ ਕਿਹੜੇ ਆ ਅਸੀਂ ਹੋਰ ਥੋੜ੍ਹੀਆਂ TCS 'ਤੇ ਨਹੀਂ ਆਹ ਤਾਂ ਬੜੀ ਬੜੀ ਦੂਰੋਂ ਆਰਡਰ ਆਏ ਲੱਗਦਾ ਜਿਹੜੇ ਆ ਹੈ ਨਾ ਸ਼ੋਪਰਾਂ ਦੇ ਨਾਲ ਲਿਖਿਆ ਹਾਂ ਇੱਕ ਤਾਂ ਇੱਕ ਪਸਰੂਰ ਸ਼ਹਿਰ 'ਚ ਲਾ ਸੂਟ ਨਾ ਮੇਰੇ ਇਲਾਕੇ ਦੇ ਵਿੱਚ ਹੀ ਮੈਂ ਵੀ ਪਸਰੂਰ ਦੀ ਹਾਂ ਨਾ ਇਹਦੇ 'ਚ ਸਾਡਾ ਕੀ ਪਸਰੂਰ ਆ ਤੁਹਾਡਾ ਤਾਂ ਕੋਈ ਨਹੀਂ ਲੇਕਿਨ ਮੇਰਾ ਵੀ ਤਾਂ ਵਿੱਚ ਹੈ ਨਾ ਲੋਕ ਮੈਨੂੰ ਪਸੰਦ ਕਰਦੇ ਆ ਵੀ ਸੁਨਹਿਰਾ ਐਤਕੀ ਤੈਨੂੰ ਤਨਖਾਹ ਮਿਲਦੀ ਆ ਨਾ ਤੇ ਤੂੰ ਲੋਸ਼ਨ ਲੈ ਜ਼ਰਾ ਥੋੜ੍ਹਾ ਲਾਇਆ ਕਰ ਸਰਦੀਆਂ ਅੱਗੋਂ ਖੁਸ਼ਕੀ ਆ ਉਹ ਡਰਾ ਮੇਰੀ ਸਕਿਨ ਵੈਸੇ ਡਰਾਈ ਆ ਨਾ ਆਇਲੀ ਸਕਿਨ ਵਾ ਡਰਾਈ ਨਹੀਂ ਤੇਰੀ ਡਰਾਈ ਆ ਡਰਾਈ ਜਿਹੜਾ ਬੰਦਾ ਨਹੀਂ ਕਹਿੰਦਾ ਇਹ ਡਰਾਈ ਆ ਮੈਨੂੰ ਕੀ ਅੱਲਾ ਮਾਫੀ ਦੇਵੇ ਹੋਇਆ ਉਹ ਚਿਹਰਿਆਂ ਵਰਗੇ ਚਿਹਰੇ ਆ ਕੀ ਆਹ ਕਿਸੇ ਦਾ ਵਾ ਆਹੋ ਤੇ ਕਿਸੇ ਦਾ ਵਾ ਇਹਦੇ ਨਾਲ ਤੇ ਹੋਰ ਵੀ ਹੈ ਸੂਟ ਹਾਂ ਇਸ ਇੱਕ ਕਲੈਕਸ਼ਨ ਇੱਕ ਸੂਟ ਥੋੜ੍ਹਾ ਅਸੀਂ ਲੈ ਕੇ ਆਉਂਦੀਆਂ ਵੀ ਕਈ ਸੂਟ ਪਏ ਸਾਡੇ ਕੋਲ ਅੰਦਰ ਨਹੀਂ ਪਿਛਲੀ ਦਿਖਾਓ ਮੈਂ ਹੁਣੇ ਦਿਖਾਉਂਦੀ ਤੁਹਾਨੂੰ ਮੈਡਮ ਮੈਂ ਵੈਸੇ ਨਾ ਦਿਲ ਲਾਈ ਰੱਖਦੀ ਤੁਹਾਡੀ ਗੱਲਾਂ ਕਰ ਕਰਕੇ ਨਾ ਇਹ ਦੇਖੋ ਬਰੀਜ਼ ਦਾ ਡਿਜੀਟਲ ਕਲਾਸਿਕ ਮਾਲਕ ਨੂੰ ਕਿਹਾ ਵੀ ਮੇਰੀ ਸੈਲਰੀ ਵਧਾ ਦੇ ਉਧਰ ਨੀ ਆਉਂਦੀ ਸਪੈਲਿੰਗਾਂ ਤੇ ਨਜ਼ਰ ਰੱਖੀ ਹੋਈ ਆ ਵੀ ਤੂੰ ਬਰੀਜ਼ੇ ਕਹਿ ਅੱਛੀ ਪਰਫਾਰਮੈਂਸ ਹੋਏਗੀ ਤੇ ਤੇਰੀ ਉਹ ਮਤਲਬ ਨਹੀਂ ਪਰਫਾਰਮੈਂਸ ਮੈਂ ਕਿਹੜਾ ਇੱਥੇ ਆਈਟਮ ਸੌਂਗ ਕਰਦੀ ਆ ਮੇਰੀ ਕਾਦੀ ਪਰਫਾਰਮੈਂਸ ਮੂੰਹ ਖੋਲੀ ਜਾਂਦੀ ਤੇ ਸੂਟ ਨਹੀਂ ਖੋਲ ਕੇ ਬਾਹਰ ਹੀ ਤੂੰ ਦਿਖਾ ਰਹੀ ਆ ਤੂੰ ਵੀ ਨਾ ਜ਼ਿਆਦਾ ਮੂੰਹ ਖੋਲ ਵੈਸੇ ਇਹਨਾਂ ਕੱਪੜੇ ਤੂੰ ਸਹੀ ਲੱਗਦੀ ਆ ਖੱਦਰ ਆ ਇਹ ਖੱਦਰ ਆ ਲੇਕਿਨ ਇਹ ਥੋੜਾ 올ਡ ਆ ਮਾਈਆਂ ਮੂਈਆਂ ਲਈ ਉਹ ਮਾਈਆਂ ਮੂਈਆਂ ਲਈ ਤੁਹਾਡਾ ਆਈ ਗਰੀਬਾਂ ਦਾ ਤੁਹਾਡਾ ਨਾ ਕਿਤੇ ਬ੍ਰਾਂਡ ਲੈਣ ਆ ਜੋ ਤੁਹਾਨੂੰ ਇਹ ਹੀ ਬਸ ਮਸਲਾ ਹੁੰਦਾ ਵਾ ਇਹ ਜਿਹੜੇ ਉੱਪਰਲੇ ਕਲੈਕਸ਼ਨ ਦੇ ਲੋਕ ਹੁੰਦੇ ਆ ਨਾ ਜਿਹੜੇ ਉਹਨਾਂ 'ਚ ਇਹੀ ਚੀਜ਼ਾਂ ਚੱਲਦੀਆਂ ਹੁਣ ਆ ਤੈਨੂੰ ਐਵੇਂ ਲੱਗਦਾ ਹੋਊਗਾ ਵੀ ਤੂੰ ਬਣੀ ਅਮਰਾ ਟੈਪ ਵਾ ਮਤਲਬ ਇਹ ਤਸਵੀਰ ਜੋ ਬਾਹਰ ਬਣੀ ਆ ਦੇ ਇੱਥੋਂ ਦੇਖ ਵੀ ਤੈਨੂੰ ਸੋਹਣਾ ਨਹੀਂ ਲੱਗਦਾ ਇਹਨੂੰ ਕੀ ਕਹਿੰਦੇ ਆ ਜਿਹੜਾ ਕਾਰਡ ਹੁੰਦਾ ਜਾਂ ਕੀ ਇਹਨੂੰ ਕੀ ਕਹਿੰਦੇ ਆ ਇਹ ਕਿਹੜਾ ਸ਼ਾਦੀ ਵਾਲਾ ਕਾਰਡ ਆ ਇਹ ਤਾਂ ਪ੍ਰੋਮੋ ਦੇਣਾ ਹੁੰਦਾ ਵਾ ਉਹਦਾ ਇਹਦਾ ਕਾਰਡ ਵਿੱਚ ਪਾਇਆ ਹੁੰਦਾ ਉੱਤੇ ਡਿਸਪਲੇ ਹੀ ਲਾਇਆ ਹੁੰਦਾ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਹੀ ਬਣ ਸਕਦਾ ਹਾਂਜੀ ਇਹਦੇ ਵਿੱਚ ਇੱਦਾਂ ਦਾ ਸੀ ਦਿਓ ਅਤੇ ਤੁਹਾਡੇ ਕੋਲ ਦਰਜ਼ੀ ਵੀ ਬੈਠਾ ਉੱਥੇ ਕੋਈ ਨਹੀਂ ਹੁੰਦਾ ਹੀ ਹੈ ਨਾ ਨਾਲ ਕਿਤੇ ਬਾਲਵੋ ਇੱਕ ਅੱਧਾ ਨਹੀਂ ਦਰਜ਼ੀ ਦੁਰਜ਼ੀ ਸਾਡੇ ਕੋਲ ਨਹੀਂ ਹੁੰਦਾ ਹੁਣ ਤੁਸੀਂ ਔਰਤਾਂ ਦੇ ਆਪਣੇ ਆਪਣੇ ਕਈ ਦਰਜਨਾਂ ਕੋਲ ਸੌਂਦੇ ਇੱਕ ਦਰਜ਼ੀਆਂ ਕੋਈ ਤਾਂ ਤੁਹਾਡਾ ਆਪਣਾ ਸਿਸਟਮ ਆ ਨਹੀਂ ਮੇਰੀ ਬੇਗਮ ਨੇ ਕਿਹਾ ਸੀ ਕਹਿੰਦਾ ਕਿ ਜਿੱਥੋਂ ਪਿਛਲੀ ਵਾਰੀ ਲਿਆਉਂਦੇ ਸੀ ਨਾ ਸੂਟ ਉਹਨਾਂ ਕੋਈ ਲਿਆਈ ਇਹ ਸਹੀ ਨਿਕਲੇ ਸੀਗੇ ਮਾਸ਼ਾਅੱਲਾ ਨਾ ਆਹ ਕੀ ਆ ਆਹ ਅੱਛਾ ਲੱਗਦਾ ਮੈਨੂੰ ਆਹ ਜਿਹੜਾ ਇਹ ਕਿਹੜਾ ਬ੍ਰਾਂਡ ਆ ਇਹ ਦੇਖ ਲਵੋ ਲਾਈਟ ਅਖਾਡੀ ਨਹੀਂ ਲਿਖਿਆ ਇੱਥੇ ਨਹੀਂ ਆਹ ਪੜਦਾ ਦੇ ਖਾਡੀ ਲਿਖਿਆ ਹੋਇਆ ਖਾਡੀ ਹਾਂ ਖੱਦਰ ਆਏ ਨਾ ਖਾਡੀ ਦੇ ਵਿੱਚ ਨਹੀਂ ਖਾਡੀ ਬ੍ਰਾਂਡ ਆ ਖੱਦਰ ਕਿਹੜਾ ਹੋ ਗਿਆ ਉਹ ਖੱਦਰ ਕੱਪੜੇ ਦਾ ਦੱਸਦੀ ਹਾਂ ਵੀ ਖਾਡੀ ਬ੍ਰਾਂਡ ਆ ਅਤੇ ਅੱਗੇ ਕੱਪੜਾ ਖੱਦਰ ਵਾ ਨਹੀਂ ਇਹ ਵੀ ਅੱਛਾ ਦੇਖ ਲਓ ਜੇ ਇਹ ਕੱਢਣਾ ਤਾਂ ਹੁਣ 3 ਪੀਸ ਆ ਕਿ 2 ਪੀਸ ਆ ਤੂੰ ਕਿਤੇ ਮਾਸਾ ਪਾੜ ਹੀ ਲੈਂਦਾ 2 ਪੀਸ ਲਿਖਿਆ ਵਾ ਦੇ ਇੱਥੇ ਲਿਖਿਆ ਹੁਣ ਇਕੱਲੀ ਇਕੱਲੀ ਸ਼ਾਇਦ ਇਹਨੂੰ ਮੈਂ ਪਹਿਲਾਂ ਟਿਊਸ਼ਨ ਪੜ੍ਹਾ ਲਾਂ ਸੂਟ ਦੇਣ ਤੋਂ ਪਹਿਲਾਂ ਨਹੀਂ ਆਹ ਵੀ ਕਲਰ ਅੱਛਾ ਆ ਜਿਹੜਾ ਤੂੰ ਲਾਇਆ ਆਹ ਜਿਹੜਾ ਆਹ ਆਹ ਸ਼ਰਟ ਆ ਇਹਦੀ ਹਾਂਜੀ ਆਹ ਸ਼ਰਟ ਵਾ 3 ਪੀਸ ਆ ਨਾ ਇਹ ਕਿੰਨੇ ਦਾ ਮੈਡਮ ਕੋ ਪੁੱਛ ਲਓ ਨਾ ਫਿਰ ਮੈਂ ਘਾਟਾ ਵਾਧਾ ਕਰ ਲੈਂਦੀ ਹਾਂ ਇਹ 3000 ਦਾ ਵਾ ਸੂਟ
हेलो हेलो भी 2-400 का घाटा वाधा घाटा वाधा 2-400 अगले बचना तू घाटा वाधा करी जा इधर हो जा इतों भी कढ़ के दिखा मैनू अच्छा ये कहा कढ़ दे आ जड़ा चलो ये भी कढ़ दिनी हाँ मैं आ हुण तुहाडा हुण करना वा कि नहीं ये नहीं करना ये थोड़ा जिहा ना ये है तो ठीक है लेकिन ना मैडम मैं पैक कर दियो उस तरह जिस तरह मैं कढ़िया सुबह मैं नाश्ता नहीं ना जैम नहीं ना लिया नाल ते मेरा दिमाग भी जैम जैम चल रही है तू जैम लिया ही नहीं होर ब्रांड है आ सफायर दिया फायर भी अच्छा ब्रांड है ना हाँ जी आया देख लवो आया देख लो आ बहुत बढ़िया है की है आ खोल आ केसरिया वा ब्रांड ना है फायर टीवी ते भी आंदी ना मशहूरी वो टीवी ते मशहूरी आंदी है रक्षे जी केड़े सूट दी मशहूरी दिंदा तैनू कोई स्पीकर दे कहंदा भी आके लै जो फलाना ब्रांड टेलीविजन ते ऐड चलदियां हुंदियां सारियां चलो आ खोलो तो सही खोल दिने आ ये वही सूट है ना जिदी कमर्शल चलदी आ केसरिया तू तो गाने भी मूँह मार लेना मासा नहीं केसरी है ना अच्छा ब्रांड है भी आ तो मैं शाल लगती है हाँ गर्म है ना तेरे मूँह भी शाल निकलिया कि साफा नहीं कहता इन शाल ही होंगी है दुपट्टा होर हों शाल होर होंगी दुकान से देखो आप ही कला बनिया हो शाल मैं कड के बेइज्जती कराई जानी है नहीं तो तू भी तो खोल के दिखा रहा सही तरीके भी खोल के मैं तेन मौका देगा तो मैं तेन मैं खोल ऐ शर्ट है जी ए शाल मैं तेन दुकान तो दई हुई तू तो ऐ कला पे थले बार्डर है जरा आहो बार्डर ही बाघा बार्डर ही गोला ना खा ली इतों नहीं नहीं आ बार्डर जरा थले आ जाना हाँ यदा फ्रंट वा वो चल छड़ दे तू तो ऐ मैं नहीं तू इत्थे ला के बच्चे दी झूल इत्थे ला के दा ऐ ऐ फ्रंट वा आ मूंह ना ना होवे तो बहुत वधिया हैलो इंज नहीं कहीदा हुंदा किसे नूं समझदी है ना चलो ठीक है नाल शुगल मेला भी हुंदा ही है तू तो गुस्सा कर शुगल मेला दा तू सुबह सुबह दा टाइम आ बिस्मिल्ले दा तू शुगल मेला पर आ देख ला आ इहदी बैक आ इस तरह किन्ने दा सूट है जी हाँ जी को हैगा तेनू अंदाजा ये 3500 का 3500 का जी तू भी मैं जरा तेन पता दिमाग मेरा इदा नहीं है तुझे सही करा दो करेक्शन करवा दो किन्ने का वा है ऑनलाइन ਜਿਹੜਾ ਭੇਜਦੇ ਹੋ ਤੁਸੀਂ ਉਹਦੇ ਤੇ ਕੋਈ ਪੈਸੇ ਪੈਂਦੇ ਆ ਹਾਂਜੀ ਉਹ ਡਿਲੀਵਰੀ ਚਾਰਜਸ ਹੈ ਉਹ ਕਈ ਦਫਾ ਕਸਟਮਰ ਸੇ ਹਮ ਸਿਰਫ 200 ਹੀ ਲੈਤੇ ਹੈ ਲੇਕਿਨ ਵੈਸੇ ਹਮੇ ਜ਼ਿਆਦਾ ਹੀ ਪੜ ਜਾਤੇ ਹੈ ਹਮੇ ਖੁਦ ਆਪਣੀ ਜੇਬ ਸੇ ਦੇਨੇ ਪੜਤੇ ਹੈ ਕਿੱਡਾ ਸੋਹਣਾ ਸਾਡੇ ਕੋ ਬ੍ਰਾਂਡ ਦਾ ਗਾਹਕ ਆਇਆ ਜਿਹੜਾ ਕਹਿੰਦਾ ਪੈਸੇ ਪੈਂਦੇ ਆ ਵੀ ਜਿਵੇਂ ਆ ਕੁੱਤਾ ਪੈ ਗਿਆ ਇਹਨੂੰ ਪੈਸੇ ਨਹੀਂ ਪਏ ਨਹੀਂ ਉਹ ਉੱਤੇ ਚਾਰਜ ਵੀ ਇਹ ਕਰ ਚਾਰਜ ਖੋਣ ਕੇ ਆ ਤੂੰ ਪਹਿਲਾਂ ਮਰ ਲਾ ਵੀ ਚਾਰਜ ਕਰਦੇ ਆ ਵੀ ਪੈਸੇ ਅਸੀਂ ਪੰਜਾਬੀ ਆ ਤੇ ਇੰਜ ਹੀ ਗੱਲ ਕਰਨੀ ਆ ਏਡੇ ਵੀ ਜਾਹਲ ਪੰਜਾਬੀ ਨਹੀਂ ਹੁੰਦੇ ਜਿੰਨਾ ਤੂੰ ਤੂੰ ਤਾਂ ਬਹੁਤ ਅਕਲਮੰਦ ਆ ਤੈਨੂੰ ਰੇਟਾਂ ਦਾ ਹੀ ਨਹੀਂ ਪਤਾ ਰੇਟਾਂ ਦਾ ਪਤਾ ਵੀ ਸਾਲ ਹੋ ਗਿਆ ਤੈਨੂੰ ਇੱਥੇ ਕੰਮ ਕਰਦੇ ਫ੍ਰੀ ਹੋਈ ਦਾ ਅੱਲਾ ਉਹ ਤਾੜੀ ਨਾ ਮਾਰ ਮੈਨੂੰ ਕਹਿੰਦਾ ਇਹ ਕਿਹੜੀ ਗੱਲ ਹੋਈ ਤੂੰ ਤੂੰ 6000 ਸਾਡੀ ਦੁਕਾਨ ਦੇ ਆ ਵੇਚ ਆ ਕੇ 3500 ਦਾ ਦੱਸੀ ਜਾਣਾ ਖੁਦ ਤੈ ਕਰੋ ਪਪਾ ਹਲ ਆ ਦੇਖ ਤੂੰ ਤੂੰ ਬਿਸਤੀ ਕਰਾਉਣੀ ਆ ਤੂੰ ਮੈਂ ਕਹਿੰਦੀ ਆ ਤੂੰ ਤੂੰ ਆ ਜਾ ਇੱਥੇ ਸੇਲਮੈਨ ਤੂੰ ਲੱਗ ਜਾ ਤੇ ਮੈਨੂੰ ਨੌਕਰੀ ਤੇ ਜਵਾਬ ਦੇ ਮੈਂ ਕਹ ਲਈ ਤੈਨੂੰ ਕਿੰਨੇ ਕਿਹਾ ਵਾ ਵੀ ਤੂੰ ਆ ਕੇ ਤੇ ਤੂੰ ਤੈਵਾਂ ਸ਼ੈਵਾਂ ਲਾ ਮੈਂ ਆਪਣਾ ਕੰਮ ਕਰਦਾ ਵਾਂ ਹੁਣ ਤੂੰ ਤੇ ਹੱਡ ਹਰਾਮ ਹੋਈ ਆ ਹੱਡ ਹਰਾਮ ਹੋਈ ਤੂੰ ਮੈਡਮ ਕੋਲੋਂ ਮੇਰੀ ਬੇਇੱਜ਼ਤੀ ਕਰਾਉਣ ਲੱਗੀ ਹੋਈ ਆ ਚਲ ਆ ਇੱਕ ਕੇਸਰੀਆ ਦਾ ਕਰਨਾ ਵਾ ਦੱਸੋ ਕੇਸਰੀਆ ਕਰ ਦਿਓ ਆ ਇੱਕ ਲੇਕਿਨ ਇੱਥੇ ਆਇਆ ਵਾਂ ਹੁਣ ਮੈਨੂੰ ਕੋਈ ਡਿਸਕਾਊਂਟ ਕਰਨਾ ਥੋੜ੍ਹਾ ਜਿਹਾ ਕਰਦੇ ਹਾਂ ਡਿਸਕਾਊਂਟ ਤਾਂ ਆਲਰੇਡੀ ਤੁਹਾਨੂੰ ਦੱਸਿਆ ਯਾ ਅੱਗੇ ਕਿਹੜਾ ਉਹਨਾਂ ਨੇ ਲਾਤੀਨੀ ਜ਼ਬਾਨ 'ਚ ਤੁਹਾਨੂੰ ਕਿਹਾ ਵਾ ਵੀ ਇੰਨੇ ਦਾ ਅਤੇ ਇੰਨੇ ਦਾ ਤੁਹਾਨੂੰ ਮਿਲੂਗਾ ਕਮਰਸ਼ਲ ਕੀਤੀ ਆ ਇਹਨਾਂ 'ਚੋਂ ਲੱਗੀ ਤੇਰੀ ਵੀ ਫੋਟੋ ਹਾਂ ਮੇਰੀ ਕਮਰਸ਼ਲ ਆ ਡੀਟਿੰਗ 'ਤੇ ਜਾ ਰਹੀ ਲੱਗੀ ਹੋਈ ਆ ਮੈਂ ਕਰਕੇ ਆਈ ਹਾਂ ਕਾਹਦੀ ਕੀਤੀ ਕੱਪੜੇ ਦੀ ਕਰਨੀ ਸੀ ਹੋਰ ਕੱਪੜੇ ਦੀ ਤੇਰੇ ਕੋਲ ਕਿੰਨੇ ਕਰਾ ਲਈ
पौड़ियां दा करके दूसरी मंजिल दा करके ना साडे को गाहक घट पैंदा सी इत्थे जरा ए आ वी सामने झाती पैंदी छेती गाहक आ जांदा नहीं नाले ज्यादा काम ते तुहाडा ऑनलाइन ही आ जेलबरी भी आ इसे लई मैं आया वी तुहाडे को सारे ब्रांड हुंदे ने ते इक दुकान ते इक ब्रांड हुंदा या इक या दो आ खाडी आ जे डॉट हेलो नवी कलेक्शन आ विंटर सीजन दी नहीं आ वी मैनूं अच्छा लग रिहा आ वे ए खद्दर आ हना हां जी आ देख लो खाडी आ बीच 3 ਖੋਲ ਕੇ ਵਿਖਾ ਤੂੰ ਵਿੱਚੋਂ ਹੀ ਵਿਖਾਈ ਤੂੰ ਪਹਿਲਾਂ ਪਸੰਦ ਤਾਂ ਕਰ ਲਾ ਤੈਨੂੰ ਮੈਂ ਸਾਰੇ ਖੋਲ ਖੋਲ ਵਿਖਾ ਕਰ ਤੇ ਲੈ ਇੱਕ ਉਹ ਹੋ ਗਿਆ ਇੱਕ ਉਹ ਜਿਹੜਾ ਮੈਂ ਕਿਹਾ ਆਹ ਤੈਨੂੰ ਮੈਂ ਦਿਖਾਉਣ ਲਈ ਕੇਸਰੀਆ ਦਾ ਹੋ ਗਿਆ ਵਾ ਆ ਦੇਖ ਇਹਨਾਂ 'ਚ ਦੇਖ ਲਾ ਜੈਲਬਰੇ ਹੈ ਜੈਲਬਰੀ ਉਹ ਕਿਤੇ ਇਹਦਾ ਵੀ ਇਜ਼ਾਫਾ ਜਿਹੜਾ ਵਾ ਨਾ ਇਹਨੂੰ ਸੂਟ ਨਹੀਂ ਕਰਦਾ ਮੈਂ ਤਾਂ ਬਾਅਦ ਟਵਿਸ਼ਨ ਹੀ ਰੱਖ ਲਾ ਸਪੈਲਿੰਗ ਯਾਦ ਹੋ ਜਾਣ ਤੈਨੂੰ ਸਪੈਲਿੰਗ ਯਾਦ ਉਹਨੂੰ ਵੀ ਜੈਲਬਰੀ ਕਹਿਤਾ ਜੇ ਜੈਲਬਰੇ ਕਹਿਤਾ ਤੈਨੂੰ ਸਮਝ ਆ ਗਈ ਨਾ ਉਹ ਜੈਲਬਰੇ ਜਿਹੜਾ ਹੁੰਦਾ ਉਹ ਮੈਨ 'ਚ ਆ ਜਾਂਦਾ ਵਾ ਫੀਮੇਲ ਆ ਚੱਲ ਆ ਜੈਲਬਰੀ ਜੈਲਬਰੀ ਕਹਿ ਦਿੰਦੀ ਹਾਂ ਹੁਣ ਮੈਂ ਖੋਲ੍ਹ ਕੇ ਤਾਂ ਵਿਖਾ ਦੇ ਉਹ ਖੋਲ੍ਹ ਕੇ ਪਸੰਦ ਤਾਂ ਕਰ ਲਾ ਕੋਈ ਵੀ ਤੂੰ ਕਿਹੜਾ ਇੰਨਾ 'ਚੋਂ ਲੈਣਾ ਵਾ ਹੁਣ ਤੈਨੂੰ ਮੈਂ ਸਾਰੇ ਖੋਲ੍ਹ ਖੋਲ੍ਹ ਦਿਖਾਈ ਜਾਵਾਂ ਇਹ ਕਿਹੜਾ ਤੂੰ ਪੀਰ ਬਾਜ਼ਾਰ ਆਇਆ ਹੋਇਆ ਵੀ ਸਾਰੇ ਖੋਲ੍ਹ ਕੇ ਤੇਰੇ ਅੱਗੇ ਰੱਖਦਾ ਤੂੰ ਸੂਟ ਦੱਸ ਕਿਹੜਾ ਤੈਨੂੰ ਮੈਂ ਉਹ ਕੱਢ ਕੇ ਦਿਖਾ ਦਿੰਦੀ ਹਾਂ ਕਲਰ ਦੇਖ ਲਾ ਇਹਨਾਂ 'ਚੋਂ ਕਿਹੜਾ ਪਸੰਦ ਆ ਜੀ ਪਰੇ ਕਰਦੇ ਆ ਤੇ ਮੈਂ ਇਹ ਪਰੇ ਕਰੀ ਜਾਣਾ ਜਿਹੜੇ ਮੈਡਮ ਇਹਦਾ ਤੇ ਆਹ ਕਿਹੜਾ ਜੀ ਆਹ ਜਿਹੜਾ ਇਹ ਬੀਚ 3 ਆ ਇਹ ਖੋਲ ਹੈ ਬੀਚ 3 ਬੀਚ ਸਮੁੰਦਰ ਨੂੰ ਹੀ ਕਹਿੰਦੇ ਆ ਨਾ ਨਹੀਂ ਨਹੀਂ ਨਾਲੇ ਨੂੰ ਕਹਿੰਦੇ ਗੰਦਿਆਂ ਨੂੰ ਜਿਹੜਾ ਲਾਹੌਰ ਚੱਲਦਾ ਬੀਚ ਇਹੀ ਕਹਿੰਦੇ ਆ ਉਹਨੂੰ ਨਹੀਂ ਤੇ ਪਾ ਕੇ ਸਮੁੰਦਰ ਵੱਲ ਜਾਣਾ ਖੁਦਕਸ਼ੀ ਕਰ ਲਈ ਜਾ ਕੇ ਸੂਟ ਪਵਾ ਕੇ ਨਾ ਦੋਵੇਂ ਜੀ ਛਾਲ ਮਾਰ ਦਿਓ ਖਾਲੇ 'ਚ ਤੈਨੂੰ ਬਹੁਤ ਬੀਚ 3 ਦਾ ਤੈਨੂੰ ਸ਼ੌਕ ਆ ਜੈਂਟਸ ਵੀ ਹੁੰਦੇ ਤੁਹਾਡੇ ਕੋਲ ਸੂਟ ਤੇ ਤੂੰ ਆਪ ਜੈਂਟਸ ਆ ਤੇ ਹੋਰ ਮੈਂ ਤੂੰ ਆ ਨਹੀਂ ਵੀ ਤੇਰੇ ਤਾਂ ਕਲੀਨ ਸ਼ੇਪ ਤੂੰ ਸਾਡੇ ਤਰ੍ਹਾਂ ਕਲੀਨ ਸ਼ੇਪ ਤੇ ਤੂੰ ਤਾਂ ਐਂ ਜਿਵੇਂ ਤਾਜ਼ਾ ਫਿਰਕਾ ਛੱਡਿਆ ਹੁੰਦਾ ਦੁਨੀਆਂ ਦੇ ਜਿਨ੍ਹਾਂ ਨੇ ਵੱਡੇ ਵੱਡੇ ਕੰਮ ਕੀਤੇ ਦੇਖ ਕਲੀਨ ਸ਼ੇਪ ਹੀ ਨੇ ਇਹ ਐਵੇਂ ਗੱਲਾਂ ਹੀ ਬੜੀਆਂ ਇਹ ਸ਼ੌਲ ਆ ਇਹ ਅੱਛੀ ਸ਼ੌਲ ਆ ਖੋਲਣੀ ਨਹੀਂ ਆਉਣੀ ਸਾਲ ਹੋ ਗਿਆ ਤੈਨੂੰ ਨਾ ਕੰਮ ਆਇਆ ਖੋਲਣੀ ਆਉਂਦੀ ਹੈ ਇਹਦਾ ਕੋਈ ਤਾਲਾ ਖੋਲਣਾ ਆ ਖੋਲਦੀ ਹੈ ਤੇਰੇ ਸਾਹਮਣੇ ਇਦਾਂ ਖੋਲ ਕੇ ਦਿਖਾਈ ਦੀ ਹੈ ਵੀ ਇਹ ਦੇਖ ਲਓ ਜੀ ਆਹ ਉੱਤੇ ਲੈ ਜ਼ਰਾ ਇਹ ਆਹ ਚੱਲ ਜਾ ਦਫਾ ਹੋ ਜਾ ਇੱਥੋਂ ਕੀ ਹੋ ਗਿਆ ਸਾਡੀ ਦੁਕਾਨ 'ਚੋਂ ਸਾਨੂੰ ਕੱਢੀ ਜਾਂਦਾ ਆਹ ਸੋਹਣਾ ਪ੍ਰਿੰਟ ਹੈ ਨਾ ਇਹ ਜਦੋਂ ਸੂਟ ਸਿਲ ਕੇ ਸਾਹਮਣੇ ਆ ਜਾਂਦਾ ਨਾ ਜੇ ਲੇਡੀਜ਼ ਪਾਉਂਦੀਆਂ ਵਾ ਫਿਰ ਅਸਲ ਇਹਨਾਂ ਦੀ ਲੁੱਕ ਜਿਹੜੀ ਸਾਹਮਣੇ ਆਉਂਦੀ ਆਹ ਸ਼ਲਵਾਰ ਹਾਂਜੀ ਆਹ ਸ਼ਲਵਾਰ ਆਹ ਸ਼ਰਟ ਆ ਆਹ ਸ਼ਰਟ ਕਹਿ ਲਓ ਜਾਂ ਕਮੀਜ਼ ਕਹਿ ਲਓ ਜੋ ਵੀ ਬਣਾਉਣਾ ਆਹ ਕੀ ਇਹਦਾ ਯਾਰ ਇਹ ਕਿਸੇ ਨਾਲ ਮੈਚ ਕਰ ਹੀ ਨਹੀਂ ਇਹ ਬ੍ਰਾਂਡ ਇੰਜ ਹੀ ਹੁੰਦੇ ਆ ਤੁਸੀਂ ਤਾਂ ਹੁਣ ਸਸਤੇ ਲੱਭਦੇ ਐਵੇਂ ਪੀਰ ਬਾਜ਼ਾਰ ਵਾਲੇ ਤਵਾਰ ਬਾਜ਼ਾਰ ਵਾਲੇ ਵੀ ਸਾਰਾ ਕੁਛ ਹੀ ਮੈਚ ਹੋਇਆ ਹੁੰਦਾ ਇਹ ਬ੍ਰਾਂਡ ਦੇ ਸੂਟ ਇੰਜ ਹੀ ਹੁੰਦੇ ਆ ਲਾਦਾ ਲਾਦਾ ਕਲਰ ਹੁੰਦੇ ਆ ਦੂਰ ਬ੍ਰਾਂਡ ਦੀ ਹੁੰਦੀ ਆ ਹਾਂ ਦੇਖ ਲਓ ਸਟੈਂਪ ਨਹੀਂ ਕਈ ਲੋਕ ਕਾਪੀ ਵੀ ਕਰ ਲੈਂਦੇ ਆ ਨਾ ਬ੍ਰਾਂਡ ਨੂੰ ਸਾਡੇ ਕੋਲ ਨਹੀਂ ਹੁੰਦੇ ਕਾਪੀ ਕਾਪੀ ਵਾਲਾ ਨਾਂ ਹੀ ਨਾ ਲਈ ਸੂਟ ਕਾਪੀਰਾਈਟ ਵੀ ਆ ਜਾਂਦਾ ਕਾਪੀਰਾਈਟ ਆ ਜਾਂਦਾ ਵਾ ਪਰ ਜਦੋਂ ਸਾਡੇ ਕੋਲ ਹੈ ਹੀ ਬ੍ਰਾਂਡ ਦੇ ਆ ਅੱਛਾ ਆਹ ਸੂਟ ਇੱਕ ਕਰ ਦੇ ਇੱਕ ਆਹ ਮੈਨੂੰ ਖੋਲ੍ਹ ਕੇ ਨਹੀਂ ਤੂੰ ਵਿਖਾ ਰਹੀ ਆਹ ਖਰੇ ਤੂੰ ਪਾਉਣਾ ਆਪ ਨਹੀਂ ਨਹੀਂ ਮੈਂ ਦਿਖਾ ਦਿੰਦੀ ਹਾਂ ਘੰਟਾ ਹੋ ਗਿਆ ਮੈਂ ਕਹਿ ਰਿਹਾ ਵੀ ਇਹ ਵੀ ਦਿਖਾਓ ਆਹ ਪ੍ਰਿੰਟ ਮੈਨੂੰ ਅੱਛਾ ਲੱਗਦਾ ਪ੍ਰਿੰਟ ਹੁੰਦਾ ਕਹਿ ਲਾ ਤੂੰ ਕਿਹੜਾ ਬੀ ਐੱਸ ਸੀ ਕੀਤੀ ਤੇਰੇ ਮੂੰਹੋਂ ਜੋ ਕੁਛ ਨਿਕਲਦਾ ਕੱਢੀ ਜਾ ਅਤੇ ਅੱਗੇ ਜਿਹੜੇ ਉਹ ਹੋਮ ਡਿਲੀਵਰੀ ਦਿੰਦੇ ਘਰ ਦੇ ਵਿੱਚ ਜਾ ਕੇ ਔਨਲਾਈਨ ਇਹ ਔਨਲਾਈਨ ਹੁੰਦਾ ਹੋਮ ਡਿਲੀਵਰੀ ਨਾ ਖਾਣ ਪੀਣ ਵਾਲੀ ਚੀਜ਼ਾਂ ਦੀ ਹੁੰਦੀ ਆ ਤੈਨੂੰ ਅਕਲ ਕਿਤੇ ਅੱਲਾ ਨਹੀਂ ਇਹ ਵੀ ਡਿਲੀਵਰੀ ਹੁੰਦੀ ਆ ਡਿਲੀਵਰੀ ਦਾ ਮੈਂ ਨਾ ਵੀ ਚੀਜ਼ ਪਹੁੰਚ ਗਈ ਉੱਥੇ ਹੋਮ ਮੈਂ ਨਾ ਘਰ ਹੁੰਦਾ ਹੋਮ ਡਿਲੀਵਰੀ ਐਂ ਕਹਿੰਦਾ ਪਾਸਤਾ ਪੀਜ਼ਾ ਲੈਣ ਆਇਆ ਸਾਡੇ ਆਹ ਪ੍ਰਿੰਟ ਅੱਛਾ ਆਵੇ ਨਾ ਸਰਦੀਆਂ ਵਾਲਾ ਕਲਰ ਆ ਕੀ ਸਰਦੀਆਂ ਵਾਲਾ ਕੀ ਕਲਰ ਰਜ਼ਾਈ ਬਣੀ ਉੱਤੇ ਨਹੀਂ ਮੇਰੇ ਕਹਿਣ ਦਾ ਮਤਲਬ ਕਿ ਇਹ ਸ਼ੌਲ ਆ ਉਹ ਸ਼ਰਟ ਆ ਏ ਉਹ ਚੱਲ ਜੋ ਵੀ ਆ ਇਹ ਜੋ ਵੀ ਆ ਤੂੰ ਗਲਤੀ ਕਰੀ ਜਾਂਦੀ ਸਾਰਾ ਗਲਤ ਮੈਂ ਹੁਣ ਪਹਿਲੀ ਵਾਰੀ ਤਾਂ ਮੈਂ ਖੋਲਣ ਲੱਗੀ ਹਾਂ ਲੈ ਪਹਿਲੀ ਵਾਰੀ ਦੇਖ ਮੈਂ ਵੈਸੇ ਹਯਾਤ ਲੱਗਦੀ ਹਾਂ ਕਿ ਨਹੀਂ ਤੂੰ ਵਾਹ ਹਯਾਤ ਲੱਗਣ ਦੀ ਆ ਛੱਡ ਦੇ ਉਰੇ ਮੈਂ ਉਹ ਹਯਾਤ ਆ ਦੇ ਇਹ ਪ੍ਰਿੰਟ ਜਦੋਂ ਇਹ ਛੋਟਾ ਨਹੀਂ ਬਾਰੇ ਦਾ ਉਹ ਛੋਟਾ ਤੁਸੀਂ ਕੀ ਝਲੂੰਗੀਆਂ ਬੰਨਣੀਆਂ ਬੱਚਿਆਂ ਵਾਸਤੇ ਉਹ ਗਰੀਬਾਂ ਵਾਲੀ ਸੋਚ ਛੋਟਾ ਵੱਡਾ ਇਹ ਬਾਰਡਰ ਜਿਹੜਾ ਵਾ ਇਹ ਕੱਟ ਕੇ ਥੱਲੇ ਲੱਗਣਾ ਵਾ ਇਹ ਜਿਹੜਾ ਹਾਂਜੀ ਇਹ ਬਾਰਡਰ ਵਾ
ਇਹ ਕੱਟ ਕੇ ਨੀਚੇ ਲੱਗਣਾ ਵਾ ਸਟੈਂਪ ਵੀ ਦਿਖਾਇਆ ਕਰੋ ਸਾਥ ਤਾਂ ਕਿ ਕਸਟਮਰ ਕੋ ਪਤਾ ਇੱਕ ਸ਼ੈ ਨਹੀਂ ਜਾਣ ਦਿੰਦੀ ਐਸੀ ਮਾਲਕਾਂ ਦਾ ਅਗਲੇ ਨੇ ਬਿਜ਼ਨਸ ਕੀਤਾ ਤੇ ਪਰ ਕਸਟਮਰ ਨੂੰ ਮੁਤਮਿਨ ਤਾਂ ਕਰੋ ਆ ਦੇਖ ਲਓ ਜੀ ਕਸਟਮਰ ਨੂੰ ਮੁਤਮਿਨ ਹੋ ਜਵਾ ਲਓ ਆ ਸਟੈਂਪ ਲੱਗੀ ਹੋਈ ਆ ਖਾਦੀ ਦੀ ਖਾਦੀ ਦੀ ਬਿਲਕੁਲ ਹਾਂ ਇੱਕ ਨੰਬਰ ਐਵੇਂ ਨਾ ਕਹੀਂ ਵੀ ਐਵੇਂ ਕਿਤੇ ਅਸੀਂ ਕੋਲੋਂ ਹੀ ਲਾਈ ਹੈ ਨਹੀਂ ਨਹੀਂ ਇੱਕ ਨੰਬਰ ਹੋਣਾ ਚਾਹੀਦਾ ਅਗਰ ਦੋ ਨੰਬਰ ਹੋਵੇ ਕੋਈ ਗਾਹਕ ਆਉਂਦਾ ਬਾਅਦ 'ਚ ਫਿਰ ਮੈਂ ਕਿਉਂ ਆਇਆ ਦੁਬਾਰਾ ਆ ਵਾ ਕੀ ਆ ਸ਼ਾਲ ਸ਼ਾਲ ਚਾਦਰ ਹੈ ਵੀ ਗਰਮ ਆ ਨਾ ਅੱਗੋ ਠੰਡ ਵੀ ਸ਼ੁਰੂ ਹੋ ਗਈ ਨਾ ਤੈਨੂੰ ਪਤਾ ਨਹੀਂ ਵੇਖ ਤੇ ਤੈਨੂੰ ਠੰਡ ਦਾ ਬੜਾ ਕਿਤੇ ਵਹਿਮ ਲੱਗਾ ਹੋਇਆ ਤੇ ਸਰਦੀ ਸਰਦੀ ਆ ਜਾਂ ਗਰਮੀ ਗਰਮੀ ਆ ਜਦੋਂ ਆਉਂਦੀ ਇਹ ਹੈ ਹੀ ਨਹੀਂ ਮੈਂ ਤਾਂ ਫਿਰ ਖੋਲਿਆ ਹੀ ਨਹੀਂ ਕਦੀ ਸੀਧੀ ਕਰ ਦਿੰਦੀ ਹਾਂ ਕੀ ਹੋ ਗਿਆ ਇੱਥੇ ਕਾਲੀ ਪੈ ਜਾਂਦੀ ਸਾਡੀ ਵਾਹਵਾ ਨਾ ਮਾਲਕਣ ਵੀ ਇੱਦਾਂ ਦੀ ਹੈ ਹਾਂ ਦੇਖ ਲਓ ਇਹਦੀ ਇਹ ਕੰਮ ਸੇ ਕੰਮ ਨਾ ਇਹਦੀ ਲੈਂਥ ਦੇਖ ਲਵੋ ਵੀ ਇਹਨੂੰ ਨਾ ਚਾਦਰ ਚੂਦਰ ਦੀ ਲੋੜ ਹੀ ਨਹੀਂ ਪੈਣੀ ਇੱਕ ਗਜ਼ ਹਾਂ ਢਾਈ ਗਜ਼ ਦੀ ਹੈ ਮੈਂ ਵੇਖ ਲਈ ਇੱਥੋਂ ਹੀ ਦੋ ਤੇ ਢਾਈ ਗਜ਼ ਦੀ ਢਾਈ ਗਜ਼ ਦੀ ਚਾਦਰ ਇਹ ਹੁੰਦੀ ਆ ਵੀ ਔਰਤਾਂ ਨੂੰ ਨਾ ਬਾਹਰ ਅੰਦਰ ਵਾਸਤੇ ਨਾ ਸ਼ੋਪਿੰਗ ਸ਼ੋਪਿੰਗ ਕਰਨ ਲਈ ਐਕਸਟਰਾ ਚਾਦਰ ਨਹੀਂ ਲੈਣੀ ਪੈਂਦੀ ਇਹਦੇ ਨਾਲ ਨਕਾਬ ਹੋ ਜਾਂਦਾ ਇਹ ਕਿੰਨੀ ਦੇ ਢਾਈ ਗਜ਼ ਦੀ ਹਾਂਜੀ ਤੇ ਤੇਰੀ ਜ਼ਬਾਨ ਤਿੰਨ ਗਜ਼ ਦੀ ਹੈ ਚੁੱਪ ਵੀ ਰਿਹਾ ਕਰ ਨਹੀਂ ਹੁਣ ਗਾਹਕ ਨੂੰ ਇੱਦਾਂ ਹੀ ਕਸਟਮਰ ਨੂੰ ਕਰਨਾ ਹੁੰਦਾ ਨਹੀਂ ਆ ਕੀ ਹੋਇਆ ਉੱਤੇ ਲੈ ਕੇ ਤਾਂ ਦੇਖ ਲਈਏ ਆਹ ਦੇਖ ਨਾ ਹੈ ਕੈਸੇ ਲਿਆ ਗਈ ਇੱਥੇ ਤੂੰ ਨਾ ਚਾਹ ਪੂਰੇ ਕਰੀ ਜਾ ਆਪਣੇ ਚਾਹ ਪੂਰੇ ਕਾਹਦੇ ਕਰਨੇ ਅੱਲਾ ਮਾਫ਼ੀ ਦੇਵੇ ਕੋਈ ਖਾਬਾਂ ਦਾ ਸ਼ਹਿਜ਼ਾਦਾ ਆਊਗਾ ਹੀ ਨਾ ਮੇਰੀ ਜ਼ਿੰਦਗੀ ਖਾਬਾਂ ਦਾ ਸ਼ਹਿਜ਼ਾਦਾ ਨਹੀਂ ਆਊਗਾ ਆ ਸ਼ਹਿਜ਼ਾਦਾ ਬਰਫ਼ ਵਾਲਾ ਆਊਗਾ ਕੀ ਹੋ ਗਿਆ ਸਾਡਾ ਇੰਨਾ ਹੀ ਸਟੈਂਡਰਡ ਲੋਅ ਹੋ ਗਿਆ ਹਜੇ ਕੰਮ ਕਰ ਮਿਹਨਤ ਕਰ ਹਜੇ ਹਜੇ ਤੂੰ ਅੱਗੇ ਵਧਣਾ ਤੈਨੂੰ ਤਾਂ ਚਾਹੀਦਾ ਹੋਰ ਸਾਲ ਲਾ ਕੇ ਆਪਣੀ ਸ਼ੌਪ ਬਣਾ ਲਵੇ ਬਸ ਕੰਮ ਲੱਗਦਾ ਕੰਮ ਸਿੱਖ ਤਾਂ ਰਹੀਆਂ ਪਰ ਨਾ ਇਹ ਸਾਡੀ ਮਾਲਕਣ ਇੱਦਾਂ ਦੀ ਆ ਦੱਸਦੀ ਦੁੱਸਦੀ ਨਹੀਂ ਵਿਚਲੀਆਂ ਘੁੰਡੀਆਂ ਨਹੀਂ ਮੇਰੇ ਨਾਲ ਸ਼ੇਅਰ ਕਰਦੀ ਕਿੱਥੋਂ ਮਾਲ ਚੱਕਦੀ ਆ ਅਤੇ ਕਿੱਥੋਂ ਇਹ ਤੇਰੇ ਨਾਲ ਕਾਹਦੇ ਲਈ ਸ਼ੇਅਰ ਕਰਨੀਆਂ ਚੀਜ਼ਾਂ ਤੂੰ ਆਪਣੀ ਸੈਲਰੀ ਲੈ ਅਤੇ ਕੰਮ ਕਰ ਇੱਥੇ ਇਹ ਕਿਤਨੇ ਕਾ ਜੀ 3000 ਤਿੰਨ ਸੂਟ ਹੋ ਗਏ ਇਹਨਾਂ ਦੇ ਨਾ ਇੱਕ ਇਹ ਹੋ ਗਿਆ ਤੇ ਇੱਕ ਆ ਕੇਸਰੀ ਇਹਦਾ ਹੋ ਗਿਆ ਇੱਕ ਉਹ ਸਟੋਰ ਚੋਂ ਲਿਆ ਦੇ ਉਹ ਜਿਹੜਾ ਵਾ ਉਹ ਮੈਂ ਉਧਰੋਂ ਜਾ ਕੇ ਲਿਆਨੀ ਆ ਉਹ ਯੈਲੋ ਐਂਡ ਵਾਈਟ ਬਣਾ ਕੇ ਅੱਛੀ ਤਰ੍ਹਾਂ ਪ੍ਰੋਪਰ ਤਰੀਕੇ ਸੇ ਖਾੜੀ ਕੇ ਬੈਗਸ ਕੇ ਅੰਦਰ ਪੈਕ ਕਰਕੇ ਦੋ ਉਹ ਲੈ ਬੈਗ ਵੀ ਹੈਗੇ ਆ ਖਾੜੀ ਦੇ ਖਾੜੀ ਦਾ ਬੈਗ ਇਸ ਨੂੰ ਚੱਕ ਜੇ ਡੋਟ ਵਾਲਾ ਜਿਹਨਾਂ ਨੇ ਕੀਆ ਉਹ ਜੇ ਡੋਟ ਵਾਲੀ ਬੈਗ ਇਹ ਓਰੀਜਨਲ ਚੀਜ਼ ਹੋਤੀ ਹੈ ਜੋ ਆਪਕੋ ਓਰੀਜਨਲ ਬੈਗ ਕੇ ਅੰਦਰ ਨਹੀਂ ਤੇ ਮੈਡਮ ਕਸਟਮਰ ਮੁਤਮਿਨ ਜਾਂਦਾ ਇਥੋਂ ਆਨਲਾਈਨ ਤੁਸੀਂ ਭੇਜ ਦਿਓ ਆਪਣੀਆਂ ਚੀਜ਼ਾਂ ਹਾਂਜੀ ਹਾਂਜੀ ਕਸਟਮਰ ਅਲਹਮਦੁਲਿਲਾ ਹਮਾਰਾ ਮੁਤਮਿਨ ਜਾਤਾ ਹੈ ਇੱਕ ਤੋਂ ਇਹ ਕਿ 110% ਓਰੀਜਨਲ ਹਮ ਜੋ ਹੈ ਵੋ ਆਪਣੇ ਕਸਟਮਰ ਕੋ ਪ੍ਰੋਵਾਈਡ ਕਰਤੇ ਹੈ ਆਪ ਯਹਾਂ ਸੇ ਸੂਟ ਲੈ ਕੇ ਬੀਚ ਟ੍ਰੀ ਕਾ ਇਹ ਸੂਟ ਹੈ ਆਪ ਲੈ ਕੇ ਜਾ ਕੇ ਬੀਚ ਟ੍ਰੀ ਕੇ ਆਊਟਲੈਟ ਪੇ ਚੈੱਕ ਕਰਵਾ ਸਕਤੇ ਹੈ ਕਿ ਓਰੀਜਨਲ ਹੈ ਜਾਂ ਨਹੀਂ ਅਗਰ ਵੋ ਕਹਤੇ ਹੈ ਇਹ ਹਮਾਰਾ ਸੂਟ ਨਹੀਂ ਹੈ ਇਹ ਕਾਪੀ ਹੈ ਆਪ ਹਮਾਰੇ ਪਾਸ ਵਾਪਸ ਆ ਜਾਏ ਹਮ ਆਪਕੋ ਗਿਫਟ ਵੀ ਸਾਥ ਦੇ ਕੇ ਭੇਜੇਂਗੇ ਵਾਹ ਤੇ ਐਵੇਂ ਨਾ ਮਕਰਾ ਦੀ ਉਹਨਾਂ ਨੂੰ ਵੀ ਵਾਕਈ ਇਹ ਗਲਤ ਹੈ ਤੇ ਗਿਫਟ ਦੇ ਚੱਕਰ ਆ ਨਹੀਂ ਐ ਜੋ ਥੋੜਾ ਹੁੰਦਾ ਵਾ ਦੂਸਰਾ ਇਹ ਕਿ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਆਪ ਪੂਰੇ ਦੁਨੀਆ ਮੇ ਕਹੀਂ ਵੀ ਬੈਠ ਕੇ ਜੋ ਹੈ ਵੋ ਹਮ ਸੇ ਆਰਡਰ ਮੰਗਵਾ ਸਕਤੇ ਹੈ ਠੀਕ ਹੈ ਐਡਵਾਂਸ ਪੇਮੈਂਟ ਆਪਨੇ ਕਰਨੀ ਹੈ ਔਰ ਪਾਰਸਲ ਆਪਕੇ ਪਾਸ ਪਹੁੰਚ ਜਾਏਗਾ ਡੀ ਸੀ ਆਪਨੇ ਖੁਦ ਪੇ ਕਰਨੇ ਕਸਟਮਰ ਨੇ ਖੁਦ ਪੇ ਕਰਨੇ ਕਿਉਂਕਿ ਹਰ ਕੰਟਰੀ ਕੇ ਅਲੱਗ ਅਲੱਗ ਡੀ ਸੀ ਹੋਤੇ ਹੈ ਠੀਕ ਹੈ ਦੂਸਰਾ ਇਹ ਕਿ ਹਮਾਰੀ ਰਿਟਰਨ ਪੋਲਿਸੀ ਵੀ ਹੈ ਅਗਰ ਆਪਕੇ ਪਾਸ ਸੂਟ ਪਹੁੰਚਤਾ ਹੈ ਹਮਾਰੇ ਹਰ ਸੂਟ ਕੀ ਅਲੱਗ ਅਲੱਗ ਵੀਡੀਓ ਹਮਾਰੇ ਚੈਨਲ ਪੇ ਮੌਜੂਦ ਹੈ ਠੀਕ ਹੈ ਇਹ ਸੂਟ ਹੈ ਤੋ ਇਸਕਾ ਮੈਨੇ ਪੂਰਾ ਖੋਲ ਕੇ ਇਸਕੋ ਡਿਸਕ੍ਰਾਈਬ ਕੀਆ ਹੈ ਸ਼ਰਟ ਟਰਾਊਜ਼ਰ ਔਰ ਦੁਪੱਟਾ ਤਾਂ ਕਿ ਹਮਾਰੇ ਔਨਲਾਈਨ ਕਸਟਮਰ ਹੈ ਸੈਟਿਸਫਾਈ ਹੋ ਕੇ ਹਮਸੇ ਬਾਏ ਕਰੇ ਕਿ ਉਨਕੋ ਇਹ ਨਾ ਹੋ ਕਿ ਤਸਵੀਰ ਮੇ ਕਲਰ ਚੇਂਜ ਆ ਗਿਆ ਹੈ ਤੋ ਵੋ ਜੋ ਉਨਕੇ ਪਾਸ ਪਹੁੰਚਾ ਵੋ ਕਲਰ ਚੇਂਜ ਹੈ ਅਗਰ ਆਪਕੋ ਵੋ ਚੀਜ਼ ਨਹੀਂ ਮਿਲਤੀ ਜੋ ਹਮਨੇ ਆਪਕੋ ਦਿਖਾਈ ਥੀ ਤੋ ਆਪਕੋ ਹਮ ਪੈਸੇ ਵਾਪਸ ਕਰ ਦੇਂਗੇ ਆਪ ਹਮੇ ਸੂਟ ਵਾਪਸ ਭੇਜ ਦੀਏਗਾ ਨਹੀਂ ਇਹਦੇ ਤੇ ਤੁਹਾਡੀ ਵੈਬਸਾਈਟ ਵੀ ਹੈਗੀ ਕੋਈ ਹਮਾਰੀ ਵੈਬਸਾਈਟ ਅਭੀ ਫਿਲਹਾਲ ਕੋਈ ਨਹੀਂ ਹੈ ਠੀਕ ਹੈ ਲੇਕਿਨ ਹਮਾਰਾ ਯੂਟਿਊਬ ਦਾ ਚੈਨਲ ਹੈ ਉਸ ਤੇ ਹਮਨੇ ਹਰ ਸੂਟ ਕੀ ਅਲੱਗ ਅਲੱਗ ਵੈਬਸਾਈਟ ਕਦੋਂ ਬਣਾਉਣੀ ਅੱਲਾ ਮਾਫੀ ਦੇਵੇ ਪੈਸੇ ਕਮਾ ਕੇ ਘਰ ਲਈ ਜਾਂਦੇ ਤੁਮ ਥੋੜੀ ਮਿਹਨਤ ਕਰੋ ਨਾ ਤਾਂ ਫਿਰ ਵੈਬਸਾਈਟ ਵੀ ਬਣਾ ਲੈਤੇ ਇਤਨਾ ਸਾ ਕੰਮ ਨਹੀਂ ਯੂਟਿਊਬ ਚੈਨਲ ਵੀ ਹੈਗਾ ਨਾ ਉਹ ਕਹਿੰਦੇ ਆਹੋ ਹੈਗਾ ਮਤਲਬ ਵੈਬਸਾਈਟ ਵੀ ਬਣਾ ਕੀ ਤੁਹਾਡੇ ਚੈਨਲ ਦਾ ਕੀ ਨਾਮ ਆਨਲਾਈਨ ਸ਼ਾਪਿੰਗ ਹਬ ਆਨਲਾਈਨ ਸ਼ਾਪਿੰਗ ਹਬ ਆਨਲਾਈਨ ਸ਼ਾਪਿੰਗ ਹਬ ਕੇ ਨਾਮ ਸੇ ਮੇਰਾ ਯੂਟਿਊਬ ਚੈਨਲ ਹੈ ਉਸ ਪੇ ਹਰ ਸੂਟ ਕੇ ਅਲੱਗ ਅਲੱਗ ਵੀਡੀਓ ਹੈ ਆਪਨੇ ਵਾਂ ਸੇ ਸਕਰੀਨਸ਼ਾਟ ਕਰਕੇ ਮੈਂ ਵਟਸਐਪ ਪੇ ਜਾ ਕੇ ਬੁੱਕ ਕਰਵਾਨਾ ਹੈ
सूट आपको मिल जाएगा। दूसरा ये है कि आपने हमारा नंबर सेव कर लेना है और हमें व्हाट्सएप पे मैसेज करके अपना नेम और सिटी के साथ अपना नंबर सेव करा देना है। आपको रोज़ हमारा डेली बेसिस पे न्यू कलेक्शन, सेल कलेक्शन, हर चीज़ जो है ना वो आपको व्हाट्सएप स्टेटस पे मिलती रहेगी। तो नंबर लिखा है आपका बायर? हाँ जी, नंबर हमारा सारा लिखा हुआ है, हर चीज़ हमारी जो है ना वो सहूलत नहीं तेन कित मिलनी है। नहीं नहीं मिलनी है तो मैडम तुम पता वा इधरों सूट लैके बंदा दूसरी गली हो दुकानदार मुकर जाता क्या इतो तो सूट ही नहीं गया। नहीं तेन पछाण देना मैनू इतने आने का की फायदा ना तो कुछ चाह पानी पूछे मैं चाह पानी तू नाश्ते तो बगैर आ गया 12 बजे तो तू घरों आन डे मैं रोटी का टाइम हो साढ़े लिए भी सगों लै आ तेरे लिए भी लै आ तू जेल चा चल दे आ चीजा मैनू आ गड्डी तक छड के आ कपड़े चुक मैं तेरी घर वाली हां तेनू मैं बाय बाय भी कहां भी छेती आ जाओ घर मैं को दुबई नहीं चला घर वाली है आ सामने गड्डी खलोती है ओ ए नहीं इदा काम नहीं असि करदे हैगे कि मैं हुण कुड़ी चिड़ी तेरे नाल जा कुड़ी चिड़ी ओ फड़ शॉपर आ शॉपर तो फड़ मेरे विच मिक्स करी जानी है चल अगे लग नहीं मेरा कड़ा जुर्म आ भी मैं पुलिस से फड़ी गई हाँ भी अगे लग तू लै ले दुकाना चाहिए ना वो गड्डी तक जाते छड़न वो गड्डी तक तू कि मैं नानक दू आया मेरे भी तेन मैं गड्डी तक छड के आ चल आ बाहर तक तो छड़ वो बाहर तक तेन मैं क्यों छड आवा कि हो गया तेरी लत टुटी है या तू आयोडैक्स मिली है गिटे चल आ सूट लिया वा तू अल्लाह करना